ਤੇ ਰਾਤਾ ਬਣਿਆ ਹੋਇਆ ਸੀ ਕੱਲ ਤੇ ਅੱਜ ਵੀ ਉਹਨਾਂ ਦੇ ਜਦੋਂ ਅਸੀਂ ਬੱਸ ਚਾਰ ਰਹੇ ਸੀ ਉਹਨਾਂ ਦੀ ਕਾਲ ਆਈ ਸੀ ਤੇ ਕਾਲ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਵੀ ਤੁਹਾਡਾ ਕੰਮ ਆ ਜਿਹੜਾ ਮੰਗਲਵਾਰ ਨੂੰ ਹੋ ਰਿਹਾ ਤੁਸੀਂ ਕੀ ਕਰਨਾ ਆ ਕੇ ਤੇ ਅਸੀਂ ਕਿਹਾ ਵੀ ਸਰ ਅਸੀਂ ਹੁਣ ਆ ਕੇ ਚਲੋ ਤੁਹਾਡੇ ਦਰਸ਼ਨ ਹੀ ਕਰ ਲਵਾਂਗੇ ਫਿਰ ਕੋਈ ਗੱਲ ਨਹੀਂ ਕਰਕੇ ਮੁੜ ਜਾਂਗੇ ਜੇ ਤੁਹਾਨੂੰ ਮਿਲ ਰਿਹਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਬੁਲਾਇਆ ਵੀ ਤਾਂ ਪੂਰੀ ਜਿਹੜੀ ਐਕਸ਼ਨ ਕਮੇਟੀ ਆ ਨਾ ਤੇ ਜਾ ਕੇ ਮਿਲ ਕੇ ਆਈ ਆ ਜਿਹਦੇ ਵਿੱਚ ਉਹਨਾਂ ਨੇ ਫਿਰ ਇਹੀ ਗੱਲ ਕਹੀ ਹੈ ਕਿ ਵੀ ਤੁਹਾਡਾ ਮੰਗਲਵਾਰ ਨੂੰ ਜਿਹੜਾ ਕੰਮ ਆ ਉਹ ਤੁਹਾਡਾ ਹੋ ਜਾਣਾ ਆ ਮੇਰੀ ਮੰਤਰੀ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਕੰਮ ਤਾਂ ਹੋਇਆ ਹੀ ਗਿਆਗਾ ਇਹਨਾਂ ਨੇ ਆ ਕੇ ਉੱਤੇ ਕੀ ਕਰਨਾ ਤਾਂ ਆਪਾਂ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਆ ਤੇ ਵਿੱਚ ਮੈਂ ਐਡ ਕਰਦੇ ਮਿਊਜ਼ਿਕ ਦੀ ਗੱਲ ਆ ਜਿਹੜੀ ਉਹ ਆਪਾਂ ਨਾਲ ਮੈਸੇਜ ਵੀ ਆ ਗਿਆ ਸੀਗਾ ਸਰ ਤਾਂ ਚਲੋ ਸਾਡੇ ਵੈਸੇ ਮਾਈਂਡ 'ਚ ਸੀਗਾ ਕਿਉਂਕਿ ਅਚਨ ਜੀ ਦੀ ਜਿਹੜੀ ਮੀਟਿੰਗ ਆ ਉਹ ਬਣੀ ਆ ਨਾ ਇੱਕ ਸਾਥੀ ਸਾਡੇ ਨਾਲ ਹੀ ਹੋ ਜਾਂਦਾ ਤਾਂ ਅੱਗੇ ਜਿਹੜੀ ਗੱਲਬਾਤ ਉਹਨਾਂ ਨੂੰ ਦੱਸੀ ਸਰ ਸਾਡਾ ਤਾਂ 4 ਮਹੀਨੇ ਹੋ ਗਏ ਵੇਟ ਕਰਦਿਆਂ ਨੂੰ ਕੱਲ੍ਹ ਵੀ ਉਹਨਾਂ ਨੇ ਫੋਨ 'ਤੇ ਕਿਹਾ ਜਦੋਂ ਕਿਸੇ ਨੂੰ ਪੁੱਛਿਆ ਹੋਣਾ ਚੰਡੀਗੜ੍ਹ ਸੀਗੇ DSP ਸਾਹਿਬ ਉੱਥੇ ਜਦੋਂ ਉਹਨਾਂ ਨੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਕੋਈ 90 ਦਿਨ ਦਾ ਪ੍ਰੋਸੈਸ ਆ ਮੈਂ ਸਰ ਨੂੰ ਫੋਨ 'ਤੇ ਕਹਿ ਦੇਵਾਂ 90 ਛੱਡੋ ਸਾਡਾ ਤਾਂ 150 ਆਉਣ ਵਾਲਾ ਹੈ 9 ਮਈ ਤੋਂ ਜੁਆਇਨਿੰਗ ਹੋਈ ਹੋਈ ਆ ਸਾਡੀ ਫਸਟ ਲਿਸਟ ਵਾਲਿਆਂ ਦੀ 120 ਦਿਨ ਤੋਂ ਉੱਪਰ ਟੱਪ ਗਏ ਨੇ ਵੀ ਇਹ ਤਾਂ ਹੁਣ ਕੋਈ ਉਹ ਨਹੀਂ ਹੈਗਾ ਫਿਰ ਉਹਨਾਂ ਨੇ ਦੁਬਾਰਾ ਕੋਈ ਗੱਲ ਕਰੀ ਤਾਂ ਦੁਬਾਰਾ ਉਹਨਾਂ ਨੇ ਇਹ ਕਿਹਾ ਵੀ ਐਂ ਕਰਕੇ ਆਈਡੀਆ ਨਹੀਂ ਬਣੀਆਂ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਦੇਖੋ ਸਰ ਆਈਡੀਆ ਤਾਂ ਸਾਡਾ ਕੋਈ ਨਾ ਉਹਨਾਂ ਨੇ ਬਣਾਉਣੀਆਂ ਨੇ ਬਣਾਉਣ ਵੀ ਤਾਂ ਹੋ ਹੀ ਨਹੀਂ ਸਕਦਾ ਵੀ 2-2 ਮਹੀਨੇ ਜੁਆਇਨਿੰਗ ਨੂੰ ਹੋ ਗਏ ਵੀ ਆਈਡੀਆ ਤੇ ਚਲੋ ਕੱਲ੍ਹ ਮਤਲਬ ਕਿ ਜਿਹੜੀ ਗੱਲਬਾਤ ਸੀਗੀ ਟੁੱਟ ਗਈ ਸੀਗੀ ਮਤਲਬ ਉਹ ਤਾਂ ਅੱਜ ਤਾਂ ਦੁਪਹਿਰ ਤੋਂ ਗੱਲਬਾਤ ਇਹ ਦੁਬਾਰਾ ਚੱਲੀ ਆ ਵੀ ਤੁਹਾਡਾ ਮੰਗਲਵਾਰ ਨੂੰ ਜਾਂ ਬੁੱਧਵਾਰ ਨੂੰ ਪਹਿਲਾਂ ਤਾਂ ਮੰਗਲਵਾਰ ਹੀ ਬੋਲਿਆ ਸੀਗਾ ਤਾਂ ਹੁਣ ਜਾ ਕੇ ਵੀ ਉੱਥੇ ਗੱਲਾਂ ਬਾਤਾਂ ਦੇ ਵਿੱਚ ਮਤਲਬ ਕਿ ਪਹਿਲਾਂ ਤਾਂ ਇਹੀ ਕਿਹਾ ਉਹਨਾਂ ਨੇ ਸਟਾਰਟਿੰਗ ਦੇ ਵਿੱਚ ਵੀ ਮੰਗਲਵਾਰ ਨੂੰ ਜਾਂ ਤੁਹਾਡਾ ਕੰਮ ਹੋ ਜਾਣਾ ਵੀ ਮਾਸਟਰ ਜੀ ਨਾਲ ਗੱਲ ਹੋਈ ਆ ਚਲੋ ਜਿਵੇਂ ਟੈਕਟਿਕਸ ਹੁੰਦੇ ਨੇ ਵੀ ਵਟਸਐਪ ਫੋਨ ਦਿਖਾਈ ਵੀ ਤੁਸੀਂ ਗੱਲ ਹੋਈ ਆ ਇੰਨਾ ਟਾਈਮ ਬੈਠੀ ਗੱਲ ਹੋਈ ਸਾਰਾ ਕੁਝ ਹੋਇਆ ਗਾ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਵੀ ਦੇਖੋ ਹੁਣ ਅੱਜ ਛੁੱਟੀ ਆ ਅਤੇ ਅਸੀਂ ਉਹਨਾਂ ਕੋਲ ਇਹ ਮੰਗ ਰੱਖੀ ਸੀਗੀ ਵੀ ਚਲੋ ਠੀਕ ਆ ਤੁਸੀਂ ਘੱਟੋ ਘੱਟ ਇੰਨਾ ਕੁ ਕਰ ਲਓ ਫਿਰ ਤੁਸੀਂ ਸਾਈਡ 'ਤੇ ਚਲੋ ਠੀਕ ਆ ਵੀ ਛੁੱਟੀਆਂ ਨਹੀਂ ਕੁਝ ਪੈ ਸਕਦਾ ਉਹਨਾਂ ਦੇ OSD ਸਾਹਿਬ ਤੋਂ ਜਾਂ ਕਿਸੇ ਤੋਂ ਵੀ ਤੁਸੀਂ ਪ੍ਰੈਸ ਨੋਟ ਜਾਰੀ ਕਰਵਾ ਦਿਓ ਵੀ ਉਹਨਾਂ ਦਾ ਮੰਗਲਵਾਰ ਨੂੰ ਜਿਹੜਾ ਕੰਮ ਹੋ ਗਿਆ ਜੀ ਤੋਂ ਉਹਨਾਂ ਨੇ ਮਤਲਬ ਕਿ ਫਿਲਹਾਲ ਆ ਜਿਹੜਾ ਜਵਾਬ ਦਿੱਤਾ ਹੈ ਤਾਂ ਹੁਣ ਜਿਹੜੀ ਗੱਲਬਾਤ ਅੱਗੇ ਚੱਲੀ ਹੈ ਜੀ ਉਹ ਇਹ ਕਹਿ ਰਹੇ ਨੇ ਫਿਰ ਉਹਨਾਂ ਨੇ ਗੱਲਬਾਤਾਂ ਦੇ ਵਿੱਚ ਉਹਨਾਂ ਨੇ ਯਾਦ ਆਇਆ ਵੀ ਮੈਂ ਚੰਡੀਗੜ੍ਹ ਜਾਣਾ ਪਰਸੋਂ ਨੂੰ ਅਤੇ ਕਹਿੰਦੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਐਂ ਕਰੋ ਵੀ ਪਰਸੋਂ ਨੂੰ 1-2 ਜਣੇ ਜਿਹੜੇ ਹੈਗੇ ਨੇ ਨਾਲ ਆਪਣੇ ਚੰਡੀਗੜ੍ਹ ਚੱਲ ਰਹੇ ਹੋ ਵੀ ਉੱਥੇ ਆਪਾਂ ਤੁਹਾਡੀ ਬਹਿ ਕੇ ਗੱਲ ਹੋਵੇ ਦੂਜੀ ਕਰਕੇ ਨੇ ਵੀ ਉੱਥੇ ਆਪਾਂ ਕੰਮ ਕਰਵਾ ਲਵਾਂਗੇ ਜਾਂ ਕਿਤੇ ਹੁਣ ਅਸੀਂ ਬਾਹਰ ਆ ਕੇ ਥੋੜ੍ਹੀ ਜਿਹੀ ਰਾਏ ਕੀਤੀ ਵੀ ਚੰਡੀਗੜ੍ਹ ਜਾਣ ਵਾਲਾ ਤਾਂ ਆਪਣਾ ਫਾਇਦਾ ਨਹੀਂ ਜੀ ਉੱਥੇ ਆਪਾਂ ਜਾ ਕੇ ਕੀ ਕਰਨਾ ਮੀਟਿੰਗ ਤਾਂ ਆਪਾਂ ਲੈਣੀ ਹੋਈ ਨਹੀਂ ਮੀਟਿੰਗ ਤਾਂ ਪਹਿਲਾਂ ਹੋਈ ਹੋਈ ਹੈ ਹੁਣ ਗੱਲਬਾਤ ਇਹ ਨਿਕਲ ਰਹੀ ਆ ਵੀ ਮੰਤਰੀ ਸਾਹਿਬ ਆਪਣੇ ਏਰੀਏ ਦੇ ਵਿੱਚ ਨੇ ਇਹ ਕਹਿੰਦੇ ਨੇ ਵੀ ਮੈਂ ਤੁਹਾਨੂੰ ਮਿਲਵਾ ਦਿੰਦਾ ਉਹਨਾਂ ਨਾਲ ਤੁਸੀਂ ਦੇਖ ਲਓ ਕਿਵੇਂ ਕਰਨਾ ਸਾਡਾ ਇਹ ਸੀ ਵੀ ਉਹਨਾਂ ਤੋਂ ਤੁਸੀਂ ਜਾਂ ਤਾਂ ਬਿਆਨ ਜਾਰੀ ਕਰਾ ਦਿਓ ਜਾਂ ਉੱਦਾਂ ਦਾ ਹੈ ਨਾ ਕੁਛ ਕਰਾਓ ਵੀ ਜਿੱਥੇ ਸਾਨੂੰ ਲੱਗੇ ਵੀ ਹਾਂ ਸਾਡਾ ਕੰਮ ਹੋ ਗਿਆ ਕਿਉਂਕਿ ਦੇਖੋ ਕੱਲ੍ਹ 2 ਅਕਤੂਬਰ ਆ ਕੱਲ੍ਹ ਤਾਂ ਪੂਰੀ ਛੁੱਟੀ ਹੈ ਵੀ ਕੁਝ ਆਫਿਸ ਹੀ ਨਹੀਂ ਖੁੱਲ੍ਹਣਾ ਕੱਲ੍ਹ ਨੂੰ ਜੇਕਰ ਤੁਸੀਂ ਕਹੋ ਵੀ ਤੁਹਾਡੀ ਕੋਈ ਲਿਸਟ ਪਊਗੀ ਜਾਂ ਕੋਈ ਉੱਦਾਂ ਦਾ ਮੈਂ ਕਰਵਾ ਦਾਂ ਉਹਨਾਂ ਤੋਂ ਤਾਂ ਹੁਣ ਗੱਲ ਇੱਥੇ ਖੜੀ ਹੈਗੀ ਅਤੇ ਉਹ ਆਪਾਂ ਹਜੇ ਡਿਸਾਈਡ ਕਰਨਾ ਵੀ ਆਪਾਂ ਮੰਤਰੀ ਸਾਹਿਬ ਨੂੰ ਮਿਲਣ ਜਾਣਾ ਉਹ ਆਪਾਂ ਡਿਸਾਈਡ ਕਰਨਾ ਹੈਗਾ ਵੀ ਆਪਾਂ ਮਿਲਣ ਜਾਣਾ ਜਾਂ ਨਹੀਂ ਜਾਣਾ ਉਹ ਚਲੋ ਆਪਾਂ ਰਾਏ ਮਸ਼ਵਰਾ ਜਿਹੜਾ ਕਰ ਲਵਾਂਗੇ ਹਾਂ ਅਤੇ ਜੇ ਆਪਾਂ ਮਿਲਣ ਜਾਣਾ ਤਾਂ ਉਹਨਾਂ ਕੋਲ ਆਪਾਂ ਕੀ ਮਤਲਬ ਦੋ ਟੱਪ ਗੱਲ ਰੱਖੀਏ ਕਿੱਥੇ ਕੁ ਤੱਕ ਸਾਨੂੰ ਮਨਜ਼ੂਰ ਆ ਕਿੱਥੇ ਤੱਕ ਸਾਨੂੰ ਮਨਜ਼ੂਰ ਵੀ ਆਪਾਂ ਗੱਲਬਾਤ ਨੂੰ ਫਿਰ ਉਹ ਛੱਡ ਦਈਏ ਜਾਂ ਆਪਾਂ ਕਹਿ ਦਈਏ ਵੀ ਅਸੀਂ ਤਾਂ ਫਿਰ ਬੈਠੇ ਹਾਂ ਉਹ ਜਿਵੇਂ ਦੀ ਵੀ ਮਤਲਬ ਕਿ ਰਾਏ ਸਲਾਹ ਹੋਊਗੀ ਆਪਣੀ ਉਹ ਫਿਰ ਆਪਾਂ ਕਰ ਲਵਾਂਗੇ ਜਾਂ ਆਪਾਂ ਸਾਰੀ ਮਤਲਬ ਕਿ ਆਪਸ ਦੇ ਵਿੱਚ ਵਿਚਾਰ ਚਰਚਾ ਕਰ ਲਵਾਂਗੇ ਵੀ ਜਿਵੇਂ ਦੀ ਵੀ ਆਪਣੀ ਸਾਰਿਆਂ ਦੀ ਜਿਹੜੀ ਹੈਗੀ ਆ ਸਹਿਮਤੀ ਬਣੂਗੀ ਕਿਉਂਕਿ ਇਹ ਹੈਗਾ ਗਾ ਵੀ ਸ਼ਾਮ ਤੱਕ ਉਹ ਮਿਲਾਉਣਗੇ ਤਾਂ ਜ਼ਰੂਰ ਅਤੇ ਦੂਜੀ ਗੱਲ ਇਹ ਵੀ ਆ ਵੀ ਚਲੋ ਜੇ ਮਿਲਾ ਵੀ ਦੇਣ ਜੇ ਉਹ ਸ਼ੋਰ ਕਰ ਵੀ ਦੇਣ ਤਾਂ ਅੱਜ ਤੱਕ ਕੋਈ ਪੋਸੀਬਲ ਹੈ ਨਹੀਂ ਗਾ ਵੀ ਆਪਾਂ ਇੱਥੋਂ ਚਲੇ ਜਾਵਾਂਗੇ ਜਿਹੜਾ ਡੇਰਾ ਤਾਂ ਆਪਣਾ ਇੱਥੇ ਲੱਗੂਗਾ ਹੀ ਲੱਗੂਗਾ ਹਾਂ ਕੱਲ੍ਹ ਦਾ ਆਪਾਂ ਹੋਰ ਅੱਗੇ ਦੀ ਰਣਨੀਤੀ ਹੈ ਜਿਹੜੀ ਆਪਾਂ ਅੱਗੇ ਬਣਾਵਾਂਗੇ ਵੀ ਆਪਾਂ ਨੂੰ ਕੁਝ ਮਿਲਦਾ ਜਾਂ ਆਪਾਂ ਨੂੰ ਕੁਝ ਨਹੀਂ ਮਿਲਦਾ ਜਾਂ ਆਪਾਂ ਫਿਰ ਇੱਥੇ ਜਿਵੇਂ ਆਪਾਂ ਕਹਿ ਕੇ ਆਏ ਹਾਂ ਵੀ ਆਪਾਂ ਕਿਸੇ ਸਮੇਂ ਲਈ ਆਪਾਂ ਇੱਥੇ ਬੈਠਣਾ ਉਸ ਤਰੀਕੇ ਨਾਲ ਫਿਰ ਆਪਾਂ ਬੈਠੇ ਪ੍ਰਬੰਧ ਜਿਹੜੇ ਹੈਗੇ ਉਹਨਾਂ ਦਾ ਸਾਰੇ ਤੁਹਾਨੂੰ ਲੱਗ ਭੰਗ ਜ਼ਰੂਰੀ ਗਏ ਲੰਗਰ ਪਾਣੀ ਦਾ ਪ੍ਰਬੰਧ ਵੀ ਹੋ ਜੂਗਾ ਵੀ ਉਸ ਤਰ੍ਹਾਂ ਦੀ ਦਿੱਕਤ ਆਪਾਂ ਨੂੰ ਦੇਖੋ ਕੋਈ ਆਉਂਦੀ ਨਹੀਂ ਹੈ ਨਾ ਉਹ ਹੁਣ ਅੱਗੇ ਆਪਾਂ ਕਮੇਟੀ ਮੈਂਬਰਾਂ ਨਾਲ ਰਾਇ ਕਰਕੇ ਜਿਵੇਂ ਦੀ ਵੀ ਮਤਲਬ ਅੱਗੇ ਆਪਣਾ ਕੋਈ ਬਣੂਗਾ ਵੀ ਆਪਾਂ ਜਾਣਾ ਪਹਿਲੀ ਗੱਲ ਤਾਂ ਵੀ ਆਪਾਂ ਨੂੰ ਪਿੰਡ ਜਾਣਾ ਕਿ ਨਹੀਂ ਕਿਉਂਕਿ ਆਪਣੇ ਏਰੀਏ 'ਚ ਨੇ ਵੀ ਅਤੇ ਦੂਜੀ ਗੱਲ ਇਹ ਆ ਵੀ ਚਲੋ ਗੱਲਬਾਤ ਮੈਨੂੰ ਲੱਗਦਾ ਵੀ ਕਰਨੀ ਤਾਂ ਪੈਣੀ ਨਹੀਂ ਹੈਗੀ ਕਿਉਂਕਿ ਨੈਗੋਸੀਏਸ਼ਨ ਹੋਊਗੀ ਗੱਲ ਚੱਲੂਗੀ ਤਾਂ ਫੇਰ ਹੀ ਆਹਾਂ ਉਹ ਗੱਲਬਾਤ ਦੇ ਵਿੱਚ ਆਪਾਂ ਗੱਲ ਮੰਨਣੀ ਆ ਜਾਂ ਨਹੀਂ ਮੰਨਣੀ ਜਾਂ ਕਿੱਥੇ ਕੁ ਤੱਕ ਮੰਨਣੀ ਆ ਉਹ ਫਿਰ ਆਪਣੇ ਦੇ ਵਿੱਚ ਵੀ ਆਪਾਂ ਕਿੱਥੇ ਕੁ ਤੱਕ ਉਸ ਗੱਲਬਾਤ ਨੂੰ ਮੰਨੀ ਆ ਅਤੇ ਇੰਨੀ ਕੁ ਜਾਣਕਾਰੀ ਜਿਹੜੀ ਹੁਣ ਤੱਕ ਦਾ ਘਟਨਾਕ੍ਰਮ ਆ ਸਾਥੀ ਉਹ ਹੋਏਗਾ ਅਤੇ ਅੱਗੇ ਫਿਰ ਦੇਖਦੇ ਹਾਂ ਆਪਾਂ